ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਹੋ ਏਡੀ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਅੱਲਾਹ ਦਿੱਤਾ ਜੋਈ ਆ। ਮਾਸ਼ਾਅੱਲਾ ਜਨਾਬ, ਅੱਜ ਸ਼ੌਕੀਨ ਭਰਾਵਾਂ ਵਾਸਤੇ ਵੀਡੀਓ ਹੈ। ਚਾਰ ਵੈੜੀਆਂ ਮਖਾਣੇ ਦੇ ਨਾਲ ਚਾਰੇ ਸਿਰੂ ਪੋਲੀਆਂ, ਚੌਦਾਂ ਥਣ ਮੁੱਠ ਪਰ, ਔਰ ਜਨਾਬ ਮਾਸ਼ਾਅੱਲਾ ਦੁੱਧ ਵਾਲੀਆਂ ਨਸਲ ਜ਼ਾਤ ਵਾਲੀਆਂ। ਔਰ ਸਭ ਤੋਂ ਚੰਗੀ ਗੱਲ ਹੈ ਕਿ ਚਾਰੇ ਵੈੜੀਆਂ ਮਾਸ਼ਾਅੱਲਾ ਪਹਿਲਾਂ ਵੀਡੀਓ, ਚਾਰ ਵੈੜੀਆਂ ਨੇ ਔਰ ਚਾਰੇ ਪਹਿਲਾਂ ਜਾਨਵਰ ਨੇ। ਬਾਕੀ ਭਰਾ ਵੇਖਣਗੇ, ਇਨਸ਼ਾਅੱਲਾ ਸ਼ੌਕ ਪੂਰਾ ਹੋਵੇਗਾ। ਸ਼ੌਕ ਪੂਰਾ ਹੋਵੇ ਤਾਂ ਕਮੈਂਟ ਮਾਸ਼ਾਅੱਲਾ ਦੇ ਲਿਖਣੇ ਨੇ। ਔਰ ਸਭ ਤੋਂ ਚੰਗੀ ਗੱਲ ਹੈ ਕਿ ਰੇਟ ਵੀ ਇਨਸ਼ਾਅੱਲਾ ਮੁਨਾਸਿਬ ਹੋ ਸੀ, ਵੈੜੀਆਂ 20-20 ਲੀਟਰ ਪਲੱਸ, ਔਰ ਰੇਟ ਮੁਨਾਸਿਬ ਪਏ। ਕੈਮਰਾਮੈਨ ਪਹਿਲੇ ਨੰਬਰ ਵਾਲੀ ਜਿਹੜੀ ਵੈੜੀ ਲਾ ਕੇ ਕੈਮਰਾ ਅਤੇ ਕਰਾ ਜਨਾਬ ਬਰਾਵਾਂ ਤਸੱਲੀਆਂ ਮਾਸ਼ਾਅੱਲਾ, ਕਾਲੇ ਗੁੱਲਿਆਂ ਵਾਲੀ ਸੀਨੋ ਜਮੀਲ ਮਾਸ਼ਾਅੱਲਾ, ਪੂਰੀ ਸ਼ਹਾਦੀ ਪੂਰੀਆਂ ਵੱਡਾਂ ਵਾਲੀ ਮਾਸ਼ਾਅੱਲਾ ਚੈੱਕ ਕਰ ਲੈਣੀ ਜੀ। ਪਹਿਲਾਂ ਵੱਛੀ ਕੱਦ ਸ਼ਾਨ ਨਸਲ ਜ਼ਾਤ ਕੁਆਲਿਟੀ ਤੇ ਵੰਡ ਇਹ ਹੁੰਦੇ ਨੇ ਜਨਾਬ ਆਰਡਰ, ਜਿੰਨਾ ਪਹਿਲਾਂ ਨੇ 25-25 ਲੀਟਰ ਕਰਨੇ ਹੁੰਦੇ ਨੇ ਮਾਸ਼ਾਅੱਲਾ। ਫੁੱਟ ਫੁੱਟ ਪਿੱਛੇ ਨੂੰ ਦੱਕਿਆ ਹੋਇਆ ਸੂ, ਖੂਬਸੂਰਤੀ ਕੁਆਲਿਟੀ ਤੇ ਵੰਡ ਦੀ ਪੂਰੀ, ਤੇ ਬਾਕੀ ਜਿਹੜੇ ਥਣ ਨੇ ਨਾ, ਜਦੋਂ ਥਣਾਂ ਦੀ ਤਸੱਲੀ ਕਰਾਉਣੀ ਤੇ ਮਾਸ਼ਾਅੱਲਾ ਬਰਾਵਾਂ ਨੇ ਆਖਣਾ ਕਿ ਵਾਕਿਆ ਜਨਾਬ ਇਹ ਥਣ ਜਿਹੜਾ ਹੱਥ ਦੀ ਚੁਆਈ ਨਾਲ ਬੜਾ ਕਮਾਲ ਦਾ ਲੱਗਿਆ। ਸ਼ਾਨਦਾਰੇ ਗੁੱਲੇ, ਬੜੀਆਂ ਸੋਹਣੀਆਂ ਵੰਡਾਂ, ਪੁੱਠੇ ਬੈੜੀ ਦੇ ਚੈੱਕ ਕਰ ਲੈਣ, ਕੁਆਲਿਟੀ ਤੇ ਵੰਡ ਮਾਸ਼ਾਅੱਲਾ ਚੈੱਕ ਕਰਨੀ ਬਰਾਵਾਂ ਨੇ। ਵਾਨਾ ਅਗਾਂ ਪਿਛਾਂ ਬੜਾ ਸੋਹਣਾ ਮਾਸ਼ਾਅੱਲਾ, ਚਾਰੇ ਗੁੱਲੇ ਮਜ਼ੀਦ ਜਨਾਬ ਥਣਾਂ ਦੀ ਕਰ ਲੈਣੀ ਤਸੱਲੀ। ਇਹ ਲਓ ਜੀ, ਥਣਾਂ ਦੀ ਤਸੱਲੀ ਕਰ ਲੈਣੀ, ਚਾਰੇ ਗੁੱਲੇ ਮਾਸ਼ਾਅੱਲਾ ਪਾਵਰ ਵਾਲੇ, ਔਰ ਪੂਰੀਆਂ ਵੰਡਾਂ ਤੇ ਵਾਨਾ ਅਗਾਂ ਪਿਛਾਂ ਬੜਾ ਸੋਹਣਾ ਮਾਸ਼ਾਅੱਲਾ, ਟੁਰਦੀ ਫਿਰਦੀ ਬਰਾਵਾਂ ਤਸੱਲੀ ਕਰਾ ਦੇਣੀ, ਔਰ ਕੱਦ ਸ਼ਾਨ ਦੀ ਵੀ ਤਸੱਲੀ ਕਰਾ ਦੇਣੀ। ਥੋੜੀ ਟੋਰੀਆਂ ਪਰ ਟੋਰੀ ਟੋਰੀ ਮਾਸ਼ਾਅੱਲਾ, ਬੜਾ ਸੋਹਣਾ ਆਰਡਰ। ਲਓ ਜੀ ਮਾਸ਼ਾਅੱਲਾ, ਕੱਦ ਸ਼ਾਨ ਨਸਲਜ਼ਾਦ ਖਲੋਣ ਦੇ ਖਲੋਣ ਦੇ, ਫਰੀਜ਼ੀਅਨ ਦੇ ਵਿੱਚ ਚੋਲਸਤਾਨੀ ਨੂੰ ਟੱਚ ਕਰਦੀ ਹੈ, ਖੂਬਸੂਰਤੀ ਕੁਆਲਿਟੀ ਵੰਡ ਮਾਸ਼ਾਅੱਲਾ, ਬੜਾ ਵੱਡਾ ਕੱਦ ਕਾਠ, ਫੁੱਲ ਸਾਈਜ਼ ਵੱਡੀ ਮਾਸ਼ਾਅੱਲਾ, ਬੜੀ ਖੂਬਸੂਰਤ ਬੜੀ ਪਿਆਰੀ ਚੀਜ਼ ਹੈ। ਵੰਡਾਂ ਪੂਰੀਆਂ ਸੁ ਮਾਸ਼ਾਅੱਲਾ, ਥੋੜ੍ਹੀ 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 ਐਟਮ ਥੋੜ੍ਹੀ ਐਂ ਤਾਂ ਬੱਚਾ ਤੋਂ ਛੱਡ ਤੇ ਨੇੜੇ ਲਿਆਵੇ, ਥੋੜ੍ਹਾ ਬੱਚਾ ਵੀ ਨਾਲ ਵਿਖਾ ਦੇ ਰਹੇ, ਨਾਲੇ ਵੈਣੀ ਵੀ ਵਿਖਾਉਣੇ ਪੂਰੀ ਟੋਲੀ ਮਾਸ਼ਾਅੱਲਾ, ਬਸ ਖਲੋਣ ਦੇ ਖਲੋਣ। ਲਓ ਜੀ ਮਾਸ਼ਾਅੱਲਾ, ਵੈੜੀ ਦਾ ਕੱਦ ਕਾਠ ਤੇ ਪੂਰੀ ਤਸੱਲੀ, ਥੋੜਾ ਬੱਚਾ ਦੂਰ ਮਾਸ਼ਾਅੱਲਾ, ਬੜਾ ਸੋਹਣਾ ਕੱਦ ਕਾਠ, ਪੂਰੀ ਨਸਲ ਜ਼ਾਤ ਵਾਲੀ ਚੀਜ਼ ਮਾਸ਼ਾਅੱਲਾ, ਬੜੀਆਂ ਸੋਹਣੀਆਂ ਵੰਡਾਂ। ਬੱਚਾ ਵੱਛੀ ਕਿ ਵੱਛਾ ਜੀ? ਲਓ ਜੀ ਵੱਛੀ ਮਾਸ਼ਾਅੱਲਾ, ਜਨਾ ਵੱਛੀ ਹੈ ਜੀ, ਵੱਛੀ ਵੀ ਚੋਲਸਤਾਨੀ ਫਰੀਜ਼ਨੇ ਚ ਕਰਾਸ ਹੈ, ਸੀਮਨ ਚੋਲਸਤਾਨੀ ਰੱਖਿਆ ਹੋਇਆ ਸੀ। ਹਾਂ ਬਾਈ ਅੰਸਰ ਅਲੀ, ਕਿੰਨਵਾਂ ਵਾਰਾ ਲਾਇਆ ਬੈਣੀ? ਪਹਿਲਾ ਵਾਰਾ ਲਾਇਆ ਸੋ? ਅੱਛਾ ਵਾਰਾ ਜਨਾਬ ਲਾਇਆ ਸੋ ਪਹਿਲਾਂ, ਤੇ ਮੂੰਹ ਚ ਕਿਵੇਂ ਜੀ? ਮੂੰਹ ਚੌਗੀ ਹੈ ਜੀ, ਮੂੰਹ ਚ ਚਾਰ ਦੰਦ, ਪਹਿਲਾ ਵਾਰਾ ਥੱਲੇ ਵੱਛੀ। ਕਿੰਨਾ ਟਾਈਮ ਹੋ ਗਿਆ ਸੂਈ ਨੂੰ? ਚਾਰ ਦਿਨ ਹੋ ਗਏ ਸੂਈ ਜੀ। ਚਾਰ ਦਿਨ ਹੋ ਗਏ ਸੂਈ ਨੂੰ ਜੀ? ਅੱਛਾ ਚਾਰ ਦਿਨਾਂ ਦੀ ਸੂਈ ਬਈ, ਤੇ ਹਾਜ਼ਰ ਮੌਕੇ ਪੱਕਾ ਦੁੱਧ ਕਿੰਨਾ ਪਿਛਵਾ ਦੀ? ਬੱਚੇ ਛੱਡ ਕੇ ਠੰਡਾ ਚਵਾਉਂਦੀ ਪਈ, ਬੱਚੇ ਛੱਡ ਕੇ ਦੁੱਧ ਪਿਛਵਾਉਂਦੀ ਹੈ ਹਾਜ਼ਰ ਮੌਕੇ ਠੰਡਾ 18 ਲੀਟਰ ਮਾਸ਼ਾਅੱਲਾ, ਠੰਡਾ ਦੁੱਧ 18 ਲੀਟਰ ਬੱਚੇ ਛੱਡ ਕੇ, ਤੇ ਲਾ ਚਵਾ ਦੀ ਗਰੰਟੀ ਹੋ ਸੀ? ਚੰਗਾ ਚਵਾ, ਸੋਹਣਾ ਸੋਹਣਾ ਮਾਸ਼ਾਅੱਲਾ, ਜਿਵੇਂ ਥਾਣਾ ਵਾਨਾ ਚਵਾ ਵੀ ਐਵੇਂ ਦਾ। ਹਾਂਜੀ, ਅੱਛਾ ਕੀ ਮੁੱਲ ਪਿਆਰ ਚ? ਮੈਂ ਪਤਾ ਪੱਕੇ ਪੈਸੇ ਲਾਈ ਆ ਉਹਨਾਂ ਨੇ, ਬਸ ਵੱਧ ਪੈਸੇ ਨੀ ਮੰਗਣੇ। 5,30,000 ਰੁਪਇਆ? 5,30,000? ਹਾਂਜੀ, ਪਿਆਰ ਮੁਹੱਬਤ ਕਰਕੇ? ਨਹੀਂ ਜੀ, ਪਿਆਰ ਮੁਹੱਬਤ 10,000 ਦੀ ਹੋ ਜਾਏ ਸੀ। ਫਾਈਨਲ ਕਿੰਨੇ ਦੀ ਹੋ ਗਈ? 5,20,000 ਫਾਈਨਲ, 5,20,000 ਦੀ। ਲਓ ਜੀ ਮਾਸ਼ਾਅੱਲਾ, ਫਾਈਨਲ ਹੋ ਗਈ ਜੀ 5,20,000 ਦੀ, ਮੁੱਲ ਹੈ ਜੀ 5,30,000 ਰੁਪਇਆ, ਪਿਆਰ ਮੁਹੱਬਤ ਕਰਕੇ ਫਾਈਨਲ ਹੈ ਜੀ 5,20,000 ਦੀ। ਐਵੇਂ ਹੈ ਜੀ, ਪਹਿਲਾਂ ਜਨਾਬ ਚਾਰ ਦਿਨਾਂ ਦੀ ਸੂਈ ਵੀ, 18 ਲੀਟਰ ਦੁੱਧ, ਬਾਕੀ ਕੱਦ ਸ਼ਾਨ ਕੁਆਲਿਟੀ ਤੇ ਵੰਡ ਬਰਾਵਾਂ ਦੇ ਸਾਹਮਣੇ ਅੱਗੇ ਵਿਖਾਣਾ ਜੀ। ਦੂਸਰੇ ਨੰਬਰ ਵਾਲਾ ਇਹਦਾ
ਲਓ ਜੀ ਦੂਸਰੇ ਨੰਬਰ ਤੇ ਆ ਗਈ ਜੀ ਮਾਸ਼ਾਅੱਲਾ, ਇਹ ਵੀ ਪਹਿਲਣ, ਬੜਾ ਵੱਡਾ ਕੱਦ ਕਾਠ, ਸ਼ਾਹ ਕਾਲੀ ਨਾਗ ਵਰਗੀ ਵੈੜ, ਬੜਾ ਸੋਹਣਾ ਵਜੂਦ, ਬੜੀਆਂ ਸੋਹਣੀਆਂ ਵੰਡਾਂ ਮਾਸ਼ਾਅੱਲਾ, ਔਰ ਬੜੇ ਕੱਦ ਕਾਠ ਦੀ ਮਾਲਕ ਮਾਸ਼ਾਅੱਲਾ, ਬੜੀ ਸੋਹਣੀ ਪੂਰੀ ਕਬੂਤਰੀ ਥਾਣਾ ਬੰਨ ਦੀ ਤਸੱਲੀ ਕਰ ਦੇਣੀ ਮਾਸ਼ਾਅੱਲਾ। ਦੁੱਧ ਵਾਲੀ ਚੀਜ਼ ਬਰੀਕ ਪਤਲੀ ਸਾਰੀ ਕੱਚ ਦੀ ਬਣੀ ਹੈ ਵੈੜ, ਬਰੀਕ ਪਤਲੀ ਕੱਚ ਦੀ ਬਣੀ ਥਾਣਾ ਬੰਨ ਦੀ ਮਜ਼ੀਦ ਤਸੱਲੀ ਕਰ ਦੇਣੀ, ਬੜਾ ਸੋਹਣਾ ਥਾਣਾ ਬੰਨਾ ਪਹਿਲਾਂ ਨਾਲ ਆ ਗਾ ਪਿੱਛਾ ਬੜਾ ਮਾਸ਼ਾਅੱਲਾ। ਕੈਮਰੇ ਤੋਂ ਮਾੜੀ ਮੋਟੀ ਡਰਦੀ ਹੈ, ਬਾਕੀ ਚੋਣ ਦੀ ਪੂਰੀ ਸੇਲ ਸਾਊਸ ਇਹਦੀ ਵੱਛੀ ਥੋੜ੍ਹੀ ਨੇੜੇ ਲਿਆਵੀ ਵੱਛੀ ਵਿਖਾਈ ਹੈ ਮਾਸ਼ਾਅੱਲਾ, ਬੜਾ ਸੋਹਣਾ ਕੱਦ ਕਾਠ ਇੱਥੋਂ ਦੀ ਟੋਰੀ ਪਰੇ ਦੋ ਮਾਸ਼ਾਅੱਲਾ, ਅੱਖਲਾ ਜਿਹਾ ਖੈਰ ਹੋਵੇ ਕਰਮਾ ਲਈ ਲਿਆਵੀ ਵੱਛੀ ਨੇੜੇ ਮਾਸ਼ਾਅੱਲਾ ਦੇ ਵਿੱਚ ਵੱਛੀ ਵੀ ਬੜੀ ਚੰਗੀ ਹੈ ਜੀ, ਆ ਵੱਛੀ ਵਿਖਾਈ ਲਓ ਜੀ ਮਾਸ਼ਾਅੱਲਾ, ਵੱਛੀ ਬੜੀ ਕਮਾਲ ਦੀ ਸੀ ਪਿੱਛੇ ਸੰਭੀ ਪਲੀ ਹੋਈ ਔਰ ਕੱਦ ਸ਼ਾਨ ਵਾਲੀ ਪੂਰੀ, ਅਤੇ ਵੈੜੀ ਕੋਲ ਕੱਦ ਸ਼ਾਨ ਨਸਲ ਜ਼ਾਤ ਕੁਆਲਿਟੀ ਵੰਡਾਂ ਦੀ ਜਨਾਬ ਮੇਰੀ ਪੂਰੀ, ਬੜਾ ਸੋਹਣਾ ਕੱਦ ਕਾਠ ਸੀ, ਬੜੀਆਂ ਸੋਹਣੀਆਂ ਵੰਡਾਂ ਸੀ ਮਾਸ਼ਾਅੱਲਾ, ਪੂਰੀ ਕਬੂਤਰੀ ਚੱਲ ਪਈ ਬੰਦ ਦੇ ਬੱਚੇ ਨੂੰ। ਹਾਂ ਬਾਈ ਅਨਸਰ ਅਲੀ, ਹਾਂਜੀ, ਇਹਨੇ ਕਿੰਨਵਾਂ ਵਾਰਾ ਲਾਇਆ ਸੀ? ਪਹਿਲਾਂ ਜੀ, ਸਾਰੀਆਂ ਪਹਿਲਾਂ ਨੇ ਮਾਸ਼ਾਅੱਲਾ, ਚਾਰੇ ਵੈੜੀਆਂ ਮਾਸ਼ ਪਹਿਲਾਂ ਲਓ ਮਾਸ਼ਾਅੱਲਾ, ਬੜਾ ਸੋਹਣਾ ਆਡਰ, ਬੜੀਆਂ ਸੋਹਣੀਆਂ ਵੰਡਾਂ, ਪੂਰੀ ਸ਼ਹਿਜ਼ਾਦੀ ਵੈੜ ਮਾਸ਼ਾਅੱਲਾ। ਅੱਛਾ, ਸਾਰੀਆਂ ਪਹਿਲਾਂ ਨੇ ਮਾਸ਼ਾਅੱਲਾ ਜੀ। ਅੱਛਾ ਜੀ, ਅਤੇ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ? ਇਹ ਮੈਲ ਲੱਗ ਗਈ ਜੀ। ਮੈਲੇ ਤਾਂ ਲੱਗ ਗਈ ਜਾਂ ਮੈਲਾ ਸੁੱਟ ਗਈ? ਨਹੀਂ, ਲੱਗ ਗਈ ਮੈਲ ਜੀ। ਅੱਛਾ, ਮੈਲਾ ਮੁਲਾ ਸੁੱਟਦੀ ਪਈ ਹੈ? ਹਾਂਜੀ ਸੁੱਟਦੀ। ਤਕਰੀਬਨ ਕੋਈ ਹੈ ਕੋਈ 20-25 ਦਿਨਾਂ ਦੀ ਸੂਈ ਜੀ? ਸਹੀ, ਆ ਵੱਛੀ ਵੱਡੀ ਸੂ, ਕੋਈ 20-25 ਦਿਨਾਂ ਦੀ ਜਾਂ ਮਹੀਨੇ ਦੀ ਸੂਈ ਹੋ ਸੀ ਐਵੇਂ ਜੀ। ਬਾਕੀ ਜਨਾਬ ਭਰਾਵਾਂ ਦੇ ਸਾਹਮਣੇ ਵੱਛੀ ਵੀ, ਅਤੇ ਦੁੱਧ ਕਿੰਨਾ ਸੂ ਆਦਰ ਮੌਕੇ ਵੱਛੀ ਨੂੰ ਛੱਡ? ਇਹਦੇ ਵੀ 18 ਲੀਟਰ, ਇਹਦੇ ਥੱਲੇ ਵੀ 18 ਲੀਟਰ? ਹਾਂਜੀ। ਅੱਛਾ, 18 ਲੀਟਰ ਦੁੱਧ ਇਹਦੇ ਥੱਲੇ ਵੀ ਹੈ ਜੀ, ਅਤੇ ਪਿਆਰ ਅਤੇ ਮੁਹੱਬਤ ਵਾਲਾ ਕੀ ਮੁੱਲ ਹੈ ਇਹਦੇ? 4,45,000 ਜੀ। ਇਹਦਾ ਹੈ ਜੀ 4,45,000 ਜੀ, ਅਤੇ ਇਹ ਫਾਈਨਲ ਕਿੰਨੇ ਦੀ ਹੋ ਜਾਏ ਸੀ? 4,40,000 ਰੁਪਏ ਜੀ। ਇਹ ਫਾਈਨਲ ਹੋ ਜਾਣੀ ਜੀ 4,40,000 ਰੁਪਏ, 4,40,000 ਜੀ। ਲਓ ਜੀ, ਬੜੀ ਸੋਹਣੀ ਵੈੜ ਜਨਾਬ, ਪਿੱਛੇ ਵੱਛੀ ਬੜੀ ਚੰਗੀ, ਅਤੇ ਫਾਈਨਲ ਜਨਾਬ 4,40,000 ਦੀ ਐਵੇਂ ਹੈ ਜੀ। ਹਾਂਜੀ। ਲਓ ਜੀ, ਅੱਗੇ ਆ ਗਈ ਜਨਾਬ ਤੀਸਰੇ ਨੰਬਰ 'ਤੇ। ਲਓ ਜੀ ਮਾਸ਼ਾਅੱਲਾ, ਤੀਸਰੇ ਨੰਬਰ 'ਤੇ ਵੀ ਆ ਗਈ ਪਹਿਲਣ ਵੈੜੀ, ਬੜੀ ਖੂਬਸੂਰਤ, ਬੜੀਆਂ ਸੋਹਣੀਆਂ ਵੰਡਾਂ ਵਾਲੀ, ਬੜਾ ਸੋਹਣਾ ਕੱਦ ਕਾਠ, ਸਾਰੀਆਂ ਵੈੜਾਂ ਮਾਸ਼ਾਅੱਲਾ ਵੱਡੇ ਕੱਦ ਕਾਠ ਦੇ ਨੇ। ਰਵਾਨਾ ਚੈੱਕ ਕਰ ਲੈਣੇ, ਕੱਟ ਲਾਡਰ ਬੜਾ ਸੋਹਣਾ, ਢਿੱਲਾ ਡਾਲਾ, ਦੁੱਧ ਦਾ ਭਰਿਆ ਮਾਸ਼ਾਅੱਲਾ, ਸੂਈ ਹੋਈ ਹੈ ਜੀ। ਹਾਂਜੀ ਸੂਈ। ਲਓ ਜੀ, ਰਵਾਨਾ ਐਵੇਂ ਲੱਗਦਾ ਸੀ ਜਿਵੇਂ ਗੱਬਣ ਦਾ, ਐ ਬਾਰਲ ਸੂਈ ਹੋਈ ਮਾਸ਼ਾਅੱਲਾ, ਸੋਹਣਾ ਦੁੱਧ ਵਾਲਾ ਰਵਾਨਾ ਸੀ, ਕੋਈ ਬਲ ਸ਼ਾਲ ਨਹੀਂ ਪਹਿਲਾਂ ਉਹ 'ਤੇ ਪਾਈ ਸੀ। ਕਿੰਨਾ ਟਾਈਮ ਹੋ ਗਿਆ ਜੀ ਸੂਈ ਨੂੰ? 1 ਹਫ਼ਤਾ ਹੋ ਗਿਆ ਸੂਈ ਨੂੰ। 1 ਹਫ਼ਤਾ ਹੋ ਗਿਆ ਸੂਈ ਨੂੰ, ਅਤੇ ਬੱਚਾ ਪਿੱਛੇ ਕੇਸ ਹੋ? ਬੱਚਾ ਜੀ। ਲਓ ਜੀ, ਥਣ ਮੁੱਠੀ ਵਾਲਾ ਲੱਗਿਆ ਸੀ, ਥਣ ਦੀ ਮਜ਼ੀਦ ਤਸੱਲੀ ਕਰ ਲੈਣੀ ਮਾਸ਼ਾਅੱਲਾ, ਪੂਰਾ ਮੁੱਠੀ ਵਾਲਾ ਥਣ, ਕਿਹੜਾ ਬੱਚਾ ਔਰ ਨੇੜੇ ਲਿਆ ਵੇ ਇੱਥੇ ਥੋੜ੍ਹਾ ਟੋਰੀਅਨ ਇਹਦੇ ਬੱਚੇ ਦੇ ਨੇੜੇ ਕਰੀ। ਲਓ ਇਹ ਬੱਚਾ ਜੀ। ਹਾਂਜੀ। ਲਓ ਜੀ, ਬੱਚਾ ਪਿੱਛੇ ਵੱਛਾ, ਵੱਛਾ ਜੀ। ਲਓ ਜੀ, ਬੱਚਾ ਪਿੱਛੇ ਜਨਾਬ ਵੱਛਾ, ਅਤੇ ਫੁੱਲ ਵੱਡੇ ਕੱਦ ਕਾਠ ਦੀ, ਖਾਣਾ ਬਾਨਾ ਬੜਾ ਸੋਹਣਾ ਸੀ ਮਾਸ਼ਾਅੱਲਾ। ਅੱਛਾ, ਕਿੰਨਾ ਟਾਈਮ ਹੋ ਗਿਆ ਜੀ ਸੂਈ ਨੂੰ? 1 ਹਫ਼ਤਾ ਜੀ। ਹਫ਼ਤੇ ਦੀ ਸੂਈ ਹੋਈ, ਅਤੇ ਕਿੰਨਾ ਦੁੱਧ ਪੀ ਕਰਦੀ? 14 ਲੀਟਰ ਮਾਸ਼ ਕਰਦੀ ਪਈ। 14 ਲੀਟਰ ਦੁੱਧ ਪੀ ਕਰਦੀ ਮਾਸ਼ਾਅੱਲਾ, 14 ਲੀਟਰ ਦੁੱਧ, ਥਾਣਾ ਬਾਨੇ ਦੀ ਸਾਫ਼ ਹੈ ਜੀ, ਬਿਲਕੁਲ ਸਾਫ਼। ਦੁੱਧ ਪਾਈਆ ਵੱਧ ਜਾਵੇ ਜਾਂ ਘੱਟ ਜਾਵੇ, ਦੁੱਧ ਹੁੰਦਾ ਆਪਣੇ ਨਸੀਬਾਂ ਦਾ। ਅੱਛਾ, ਕੀ ਮੁੱਲ ਪਿਆਰ ਤੇ ਮੁਹੱਬਤ ਲਾਇਆ? 3,50,000 ਜੀ। 3,50,000? ਹਾਂਜੀ, 3,50,000। ਇਹ ਫਾਈਨਲ ਆਪਾਂ ਕਿੰਨੇ ਦੀ ਦੇ ਦੇਣੀ? 3,40,000 ਰੁਪਏ ਜੀ। ਫਾਈਨਲ 3,40,000? ਫਾਈਨਲ 3,40,000 ਦੀ। ਲਓ ਜੀ, 3,40,000 ਦੇ ਵਿੱਚ ਪਹਿਲਣ ਵੈੜ, 14 ਲੀਟਰ ਦੁੱਧ, ਕੱਦ ਸ਼ਾਨ ਬੜਾ, ਅਤੇ ਬਾਕੀ ਨਸਲ ਜ਼ਾਤ ਦੀ ਪੂਰੀ, ਬਾਕੀ ਜਿਹੜੇ ਬਰਾਂ ਨੇ ਸਾਂਭ ਪਾਲ ਲੈਣੀ, ਇਨਸ਼ਾਅੱਲਾ ਆਉਂਦੇ ਸੂਏ ਗਾਂ ਬਣਨੀ ਜਨਾਬ ਪੂਰੇ 10 ਲੱਖ। ਅੱਗੇ ਆ ਗਈ ਮਾਸ਼ਾਅੱਲਾ ਚੌਥੇ ਨੰਬਰ 'ਤੇ। ਲਓ ਜੀ, ਚੌਥੇ ਨੰਬਰ 'ਤੇ ਆ ਗਈ ਜੀ ਮਾਸ਼ਾਅੱਲਾ,
ਗੱਬਣ ਬੈੜੀ ਤਿਆਰ, ਬੜੀ ਖੂਬਸੂਰਤ, ਬੜੀ ਨਸਲਜ਼ਾਤ, ਬੜੀ ਟਾਪ ਕਲਾਸ ਦੀ ਚੀਜ਼ ਮਾਸ਼ਾਅੱਲਾ। ਸਾਰੀਆਂ ਬੈੜੀਆਂ ਕੋਲ ਕੱਦ ਸ਼ਾਨ ਬੜੇ ਨੇ ਮਾਸ਼ਾਅੱਲਾ, ਔਰ ਨਸਲਾਂ ਸ਼ਕਲਾਂ ਪੂਰੀਆਂ ਨੇ, ਸਾਰੀਆਂ ਮੋਨੀਆਂ ਔਰ ਕੱਦ ਸ਼ਾਨ ਪੂਰੇ ਮਾਸ਼ਾਅੱਲਾ। ਲਾਹ ਪਈ ਖਲੋਤੀ, ਬਾਕੀ ਮਜ਼ੀਦ ਜਿਹੜੇ ਦਿਨ ਇਹਨੇ ਲੈਣੇ ਨੇ ਮਾਸ਼ਾਅੱਲਾ। ਕਿੰਨੇ ਕੁ ਦਿਨ ਲੈ ਜਾ ਸੀ ਜੀ? 10-12 ਦਿਨ ਲੈ ਜਾਏਗੀ ਜੀ। 10-12 ਦਿਨ ਨਾਲੇ ਕੱਢੇਗੀ? ਹਾਂਜੀ ਮਾਸ਼ਾਅੱਲਾ, ਵਾਨਾ ਚੰਗਾ ਬਣਾ ਲਿਆ ਸੀ, 10-12 ਦਿਨ ਕੱਢਦੀ ਤਾਂ ਐਰਾ ਬੜਾ ਸੋਹਣਾ ਰੱਖਿਆ ਸੀ ਮਾਸ਼ਾਅੱਲਾ, ਥਣ ਵੀ ਸੋਹਣਾ ਵੀ ਕੱਢਦੀ। ਲਓ ਜੀ ਹਵਾਨਾ ਬੜਾ ਸੋਹਣਾ ਸੀ, ਦੁੱਧ ਦਾ ਭਰਿਆ ਔਰ ਵੰਡਾਂ ਜਨਾਬ ਪੂਰੀਆਂ ਸੀ ਮਾਸ਼ਾਅੱਲਾ। ਲਓ ਸੋਹਣਾ ਵਾਨਾ ਵੀ ਬਣਾ ਦੀ ਮਾਸ਼ਾਅੱਲਾ। ਬਾਕੀ ਮਜ਼ੀਦ ਜਦੋਂ ਤਿਆਰ ਹੋਈ, ਇਹਦਾ ਕੀ ਮੁੱਲ ਹੈ ਜੀ? ਪਿਆਰ ਅਤੇ ਮੁਹੱਬਤ ਵਾਲਾ? ਇਹ ਹਾਲੇ ਕੱਚੀ ਹੈ ਜੀ, ਅਗਲੀ ਵੀਰ ਮੁੱਲ ਆ ਸਕਦੀ, ਇਹ ਹਾਲੇ ਕੱਚੀ ਹੈ ਜੀ। ਹੁਣ ਕਿਸੇ ਬ੍ਰਾਂਡ ਪਸੰਦ ਆ ਗਈ ਤੇ ਫਿਰ ਪਿਆਰ ਮੁਹੱਬਤ ਕਰਕੇ ਦੇ ਦੇਣੀ। ਹਾਂਜੀ ਲਓ ਜੀ, ਕਿਸੇ ਵੀਰ ਬ੍ਰਾਂਡ ਜਨਾਬ ਪਸੰਦ ਆ ਗਈ ਇਹ ਪਿਆਰ ਮੁਹੱਬਤ ਨਾਲ ਇਨਸ਼ਾਅੱਲਾ ਮਿਲ ਜਾ ਸੀ, ਨਹੀਂ ਤਾਂ ਮੁੱਲ ਇੰਨਾ ਲੱਗੇਗਾ ਜੀ ਫੁੱਲ ਤਿਆਰ ਹੋਈ ਦਾ, ਅਤੇ ਜਾਂ ਫਿਰ ਜਿਹੜਾ ਸੂ ਗਏ ਤਾਂ ਐਵੇਂ ਜੀ। ਹਾਂਜੀ ਲਓ ਜੀ, ਨੰਬਰ ਹੁੰਦਾ ਜਨਾਬ 0300 ਪੂਰਾ 186-32-32, 0300 ਪੂਰਾ 186-32-32 ਜਨਾਬ ਸਾਡੇ ਕਾਲ ਔਰ ਵਟਸਐਪ ਦਾ ਨੰਬਰ ਹੈ ਜੀ। ਸਾਡੇ ਕੋਲ ਬਿਹਤਰੀਨ ਮੱਝਾਂ ਔਰ ਗਾਵਾਂ ਖਰੀਦਣ ਵਾਸਤੇ ਸਾਡੇ ਇਸੇ ਨੰਬਰ 'ਤੇ ਰਾਬਤਾ ਕਰ ਲੈਣਾ ਜੀ। ਮਿਲਦੇ ਹਾਂ ਜਨਾਬ ਇੱਕ ਅੱਛੀ ਨਵੀਂ ਖੂਬਸੂਰਤ ਅਨਮੋਲ ਔਰ ਲਾਜਵਾਬ ਵੀਡੀਓ ਦੇ ਨਾਲ। ਅੱਲਾ ਨਿਗਹਿਬਾਨ।